ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਐਂਟੀਟੀ ਪੋਸਟਾਂ ਦੀ ਜੋ ਕਿ ਐਂਟੀਟੀ ਦੀ ਭਰਤੀ ਨਿਕਲੀ ਹੋਈ ਸੀ ਆਪਾਂ ਨੂੰ ਪਤਾ ਹੈ ਕਿ ਇਹਨਾਂ ਪੋਸਟਾਂ ਵਾਸਤੇ 1 ਤਰੀਕ ਤੋਂ ਅਪਲਾਈ ਸਟਾਰਟ ਹੋਇਆ ਸੀ ਅੱਜ ਲਗਭਗ 21 ਤਰੀਕ ਲਾਸਟ ਸੀ ਜਿਸ ਦੇ ਵਿੱਚ 5 ਵਜੇ ਤੱਕ ਸ਼ਾਮ ਤੱਕ ਜਿਹੜਾ ਤੁਸੀਂ ਅਪਲਾਈ ਕਰਨਾ ਸੀ ਨਾ ਪੋਸਟਾਂ ਵਾਸਤੇ ਔਰ ਹੋਰ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਇਸ ਤੇ ਇੱਕ ਪਟੀਸ਼ਨ ਵੀ ਜਿਹੜੀ ਪਾਈ ਗਈ ਹੈ ਔਰ ਈਟੀਟੀ ਨੂੰ ਰਾਹਤ ਮਿਲ ਸਕਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਉਹਨਾਂ ਦਾ ਧਰਨੇ ਚੱਲ ਰਹੇ ਹੈਗੇ ਆ ਪਟਿਆਲੇ ਦੇ ਵਿੱਚ ਸੋ ਗੱਲ ਕਰਾਂਗੇ ਇਸ ਦੇ ਵਿੱਚ ਕੀ ਹੈ ਕਿ ਜਿਹੜਾ ਇਹ ਐਂਟੀਟੀ ਦੀਆਂ ਪੋਸਟਾਂ ਅੱਜ ਦੁਪਹਿਰ 12:00 ਵਜੇ ਤੋਂ ਬਾਅਦ ਲੱਗ ਗਈ ਜਿਹੜੀ ਵੈੱਬਸਾਈਟ ਸੀ ਤਾਂ ਉਸ ਤੇ ਫੀਸ ਅਪਲਾਈ ਹੁਣ ਹਟ ਗਈ ਸੀ ਲਗਭਗ ਕਹਿੰਦਾ ਮਤਲਬ ਵੀ ਅਪਲਾਈ ਫਾਰਮ ਬਹੁਤ ਸਾਰੇ ਸਟੂਡੈਂਟਸ ਦੇ ਹੋਏ ਹੈਗੇ ਆ ਹਨਾ ਸੋ ਹੁਣ ਗੱਲ ਕਰਦੇ ਆ ਕਿਸ ਦੀ ਮੀਤੀ ਵਿੱਚ ਵਾਧਾ ਹੋਏਗਾ ਜਾਂ ਨਹੀਂ ਐਕਸਟੈਂਡ ਹੋਏਗੀ ਡੇਟ ਅਪਲਾਈ ਕਰਨ ਦੀ ਸੋ ਉਸ ਤੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਪਟੀਸ਼ਨ ਹੈ ਇਹ ਪਟੀਸ਼ਨਰ ਦੁਆਰਾ ਪਾਈ ਗਈ ਆ ਅਮਨ ਜਿੰਦਲ ਸਟੇਟ ਆਫ ਪੰਜਾਬ ਠੀਕ ਹੈ ਔਰ ਤੁਸੀਂ ਦੇਖਦੇ ਹੋ ਪ੍ਰੈਜ਼ੈਂਟ ਜਿਹੜਾ ਵਕੀਲ ਹੈਗੇ ਉਹਨਾਂ ਦਾ ਨਾਮ ਲਿਖਿਆ ਹੈ ਮਿਸਟਰ ਅਮਿਤ ਸ਼ੁਕਲਾ ਐਡਵੋਕੇਟ ਫॉर ਦ ਪਟੀਸ਼ਨਰ ਵੀਡੀਓ ਕਾਨਫਰੰਸ ਰਾਹੀਂ ਔਰ ਤੁਸੀਂ ਦੇਖਦੇ ਹੋ ਕਿ ਨੋਟਿਸ ਆਫ ਮੋਸ਼ਨ ਮਿਸਟਰ ਅਵੇਪਾਲ ਸਿੰਘ ਗਿੱਲ ਠੀਕ ਹੈ ਏ ਏ ਜੀ ਪੰਜਾਬ ਹੁ ਹੈਜ਼ ਜ਼ਵੈਂਡ ਪ੍ਰੋਸੀਡਿੰਗ ਅਪੀਅਰ ਐਂਡ ਐਕਸਪੈਕਟ ਨੋਟਸ ਔਨ ਬਿਹੇਵ ਆਫ ਦਾ ਰਿਸਪੋਂਡੈਂਟ ਸਟੇਟ ਆਫ ਪੰਜਾਬ ਠੀਕ ਹੈ ਕਹਿਣ ਦਾ ਮਤਲਬ ਕਿ ਇਹ ਅੱਗੇ ਜਿਹੜਾ ਮਲਤਵੀ ਕੀਤਾ ਗਿਆ 6 1 2021 ਤੱਕ ਭਾਵ ਕੀ ਹੈ ਕਿ ਇੱਥੇ ਸਪੈਸ਼ਲ ਲਿਖਿਆ ਪ੍ਰੀ ਪ੍ਰਾਇਮਰੀ ਪੋਸਟ ਟੀਚਰ ਜਿਹੜਾ ਇਹਦੇ ਵਿੱਚ ਜਿਸਨੇ ਪਿਟੀਸ਼ਨ ਪਾਈ ਹੈ ਕਿ ਉਸ ਨੂੰ ਐਕਸੈਪਟ ਉਦੀ ਐਪਲੀਕੇਸ਼ਨ ਨੂੰ ਐਕਟ ਜਿਹੜੇ ਪਟੀਸ਼ਨਰ ਹੈ ਉਹਨਾਂ ਦੀ ਐਪਲੀਕੇਸ਼ਨ ਨੂੰ ਐਕਸੈਪਟ ਕੀਤਾ ਜਾਊਗਾ ਸੋ ਇੱਥੇ ਇੱਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਇਹ ਜਿਹੜੇ ਪਟੀਸ਼ਨਰ ਆ ਉਹ ਈਟੀਟੀ ਵਾਲੇ ਆ ਤਾਂ ਕਿ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਊ ਸੋ ਹੋ ਸਕਦਾ ਹੈ ਕਿ ਹੁਣ ਜਿਹੜੀ ਇਸ ਦੀ ਡੇਟ ਹੈ ਉਹ 6 ਜਨਵਰੀ ਤੱਕ ਚਲੀ ਜਾਵੇ ਐਕਸਟੈਂਡ ਹੋ ਕੇ ਪਰ ਇੱਕ ਪਟੀਸ਼ਨਰ ਤੋਂ ਅਸੀਂ ਜਿਹੜਾ ਤੁਹਾਨੂੰ ਕਹਿਣ ਦਾ ਵਾਲ ਇੱਕ ਆਸਲਾ ਰਹੇ ਕਿ ਜਿਹੜੀ ਡੇਟ ਵਧੇਗੀ ਠੀਕ ਹੈ ਕਿਉਂਕਿ ਇਹ ਪਟੀਸ਼ਨ ਅੱਜ ਦੀ ਡੇਟ 'ਚ ਤੁਸੀਂ ਦੇਖ ਸਕਦੇ ਹੋ 21 12 ਅੱਜ ਹੀ ਜਿਹੜੀ ਪਟੀਸ਼ਨਰ ਪਾਈ ਗਈ ਹੈ ਠੀਕ ਹੈ ਔਰ ਇੱਥੇ ਤੁਸੀਂ ਦੇਖਦੇ ਹੋ ਅਰुण ਮੋਂਗਾ ਜੱਜ ਠੀਕ ਹੈ ਸੋ ਇਹ ਪਟੀਸ਼ਨ ਦੇ ਅਕੋਰਡਿੰਗ ਜਿਹੜਾ ਹਰ ਹਾਲਤ ਦੇ ਵਿੱਚ ਜਿਹੜੀ ਐਂਟੀਟੀ ਦੀ ਜਿਹੜੀ ਇਹ ਡੇਟ ਹੈ ਐਕਸਟੈਂਡ ਹੋਏਗੀ 8393 ਪੋਸਟਾਂ ਦੀ ਔਰ ਤੁਸੀਂ ਕਮੈਂਟ ਕਰਕੇ ਸਾਰੇ ਸਟੂਡੈਂਟ ਜਰੂਰ ਦੱਸਿਓ ਕਿ ਕਿੰਨਾ ਕਿੰਨਾ ਦਾ ਫਾਰਮ ਫਿਲ ਨਹੀਂ ਹੋਇਆ ਔਰ ਕਿੰਨਾ ਦੀ ਫੀਸ ਹਜੇ ਰਹੀਦੀ ਹੈ ਤਾਂ ਕਿ ਤੁਸੀਂ ਵੀ ਡਿਪਾਰਟਮੈਂਟ ਦੀ ਵੈਬਸਾਈਟ ਤੇ ਡਿਪਾਰਟਮੈਂਟ ਦੀ ਜਿਹੜੀ ਜੀਮੇਲ ਹੈ ਉੱਤੇ ਤੁਸੀਂ ਜਿਹੜਾ ਮੈਸੇਜ ਜ਼ਰੂਰ ਕਰੋ ਜਿਨ੍ਹਾਂ ਦਾ ਹਜੇ ਤੱਕ ਫਾਰਮ ਫਿਲ ਨਹੀਂ ਹੋਇਆ ਤਾਂ ਕਿ ਦੁਆਰਾ ਪੋਰਟਲ ਨੂੰ ਓਪਨ ਕੀਤਾ ਜਾ ਸਕੇ ਸੋ ਇਹ ਪਟੀਸ਼ਨ ਤੋਂ ਪੱਕਾ ਲੱਗ ਰਿਹਾ ਹੈ ਕਿ ਜਿਹੜੀ ਐਂਟੀਟੀ 8393 ਪੋਸਟਾਂ ਹਨ ਤਾਂ ਉਹਨਾਂ ਦੀ ਡੇਟ ਐਕਸਟੈਂਡ ਹੋਏਗੀ ਅਫੀਸ਼ੀਅਲ ਵੈਬਸਾਈਟ ਤੇ ਹਾਲੇ ਕੋਈ ਨੋਟਸ ਨਹੀਂ ਹੈਗਾ ਠੀਕ ਹੈ ਅਕੋਰਡਿੰਗ ਇਸਦੇ ਮਲਬੀ 6 ਜਨਵਰੀ ਤੱਕ ਜਾ ਸਕਦੀ ਹੈ ਐਕਸਟੈਂਡ ਹੋ ਕੇ ਡੇਟ ਠੀਕ ਹੈ ਜੀ ਸੋ ਬਾਕੀ ਕਿਸੇ ਦਾ ਹੋਰ ਵੀ ਕੋਈ ਕੁਐਰੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਓ ਔਰ ਬਿਨ ਫਾਲਤੂ ਦੇ ਮੈਸੇਜ ਕਰਨ ਦਾ ਜਿਹੜਾ ਕੋਈ ਮਸਲਾ ਨਹੀਂ ਹੈਗਾ ਕਿਉਂਕਿ ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ਬਿਲਕੁਲ ਪੱਕੀ ਜਿਹੜੀ ਡੇਟ ਐਕਸਟੈਂਡ ਹੋਏਗੀ ਠੀਕ ਹੈ ਸੋ ਇਹ ਪਟੀਸ਼ਨ ਦੇ ਅਕੋਰਡਿੰਗ ਹੈ ਔਰ ਇੱਥੇ ਮੈਂ ਇਹ ਵੀ ਨਹੀਂ ਪੱਕਾ ਕਹਿ ਰਿਹਾ ਕਿ ईटीटी ਵਾਲਾ ਨੂੰ ਮੌਕਾ ਦਿੱਤਾ ਜਾਊ ਜਾਂ ਨਹੀਂ ਦਿੱਤਾ ਜਾਊ ਠੀਕ ਹੈ ਸੋ ਇਹ ਪਟੀਸ਼ਨ ਪਾਉਣ ਦਾ ਮਸਲਾ ਇਹੀ ਹੋ ਸਕਦਾ ਹੈ ਕਿ ईटीटी ਵਾਲਿਆਂ ਨੂੰ ਵੀ ਇਸ ਦੇ ਵਿੱਚ ਅਪਲਾਈ ਕਰਵਾਇਆ ਜਾਵੇ ਸੋ ਇਹ ਤੁਹਾਡੇ ਤੇ ਇੱਕ ਜਿਹੜੀ ਅਸੀਂ ਨਿਊਜ਼ ਜ਼ਰੂਰ ਸ਼ੇਅਰ ਕੀਤੀ ਹੈ ਔਰ ਦੂਸਰੀ ਗੱਲ ਹੈ ਇਹ ਮਾਸਟਰ ਗ੍ਰੈਜੂਏਟਰ ਦੇ ਐਗਜ਼ਾਮ ਦੇ ਰੋਲ ਨੰਬਰ ਬਾਰੇ ਬਹੁਤ ਸਾਰੇ ਪੁੱਛ ਰਹੇ ਹੈ ਕਿ ਮਾਸਟਰ ਗ੍ਰੈਜੂਏਟਰ ਐਗਜ਼ਾਮ ਦਾ ਰੋਲ ਨੰਬਰ ਕਦ ਆਏਗਾ ਕਿਉਂਕਿ 27 ਤੋਂ ਐਗਜ਼ਾਮ ਸ਼ਟਾਰਟ ਹੈਗੇ ਆ ਜੇਕਰ ਦੇਖਿਆ ਵੇ 27 ਤੋਂ ਸ਼ਹੀਦੀ ਦਾੜਾ ਵੀ ਹੈਗੇ ਛੋਟੇ ਸਾਹਿਬ ਜਦਿਆਂ ਦੇ ਸੋ ਹੋ ਸਕਦਾ ਹੈ ਉਸ ਦੇ ਵਿੱਚ ਛੁੱਟੀ ਕਰਕੇ ਐਗਜ਼ਾਮ ਐਕਸਟੈਂਡ ਹੋ ਸਕਦਾ ਪਰ ਪੱਕਾ ਨਹੀਂ ਕਹਿ ਸਕਦੇ ਐਕਸਟੈਂਡ ਹੋਏਗਾ ਠੀਕ ਹੈ ਸੋ ਉਸ ਦੇ ਅਕੋਰਡਿੰਗ ਵੀ ਇੱਕ ਚੀਜ਼ ਹੋਰ ਵੀ ਵਾਇਰਲ ਹੋ ਰਹੀ ਹੈ ਕਿ ਜਿਹੜਾ 3704 ਪੋਸਟਾਂ ਉਤੇ ਸਟੇ ਦੀ ਜਿਹੜੀ ਇੱਕ ਖਬਰ ਵਾਇਰਲ ਹੋ ਰਹੀ ਹੈ ਹਾਲੇ ਉਸ ਬਾਰੇ ਕਿਸੇ ਨੇ ਕਿਹਾ ਜਾਂਦਾ ਕਿ ਉਹ ਸੱਚੀ ਹੈ ਜਾਂ ਝੂਠੀ ਹੈ ਠੀਕ ਹੈ ਸੋ ਜਦੋਂ ਵੀ ਰੋਲ ਨੰਬਰ ਉਸਦੇ ਆਉਂਦੇ ਆ ਜਾਂ ਕੋਈ ਅਪਡੇਟ ਆਉਂਦਾ ਹੈ ਮਾਸਟਰ ਜੀ ਇਸ ਆਫ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਵਾਂਗੇ ਔਰ ਮਾਰਨਿੰਗ ਤੱਕ ਜੇਕਰ ਇਹ ਪ੍ਰੀ ਪ੍ਰਾਇਮਰੀ ਟੀਚਰ ਦੀਆਂ ਸਾਮੀਆਂ ਤਾਂ ਇਹਨਾਂ ਦੀ ਡੇਟ ਐਕਸਟੈਂਡ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੇਅਰ ਕਰਾਂਗੇ ਕਿਉਂਕਿ ਹਾਲੇ ਵੀ ਜੇਕਰ ਤੁਸੀਂ ਪ੍ਰੀ ਪ੍ਰਾਇਮਰੀ ਟੀਚਰ ਦੀ ਐਂਟੀਟੀ ਜਿਹੜੀ ਵੈਬਸਾਈਟ ਹੈਗੀ ਐਂਟੀਟੀ ਵਾਲੀ ਜਿੱਥੇ ਪੋਸਟ ਅਪਲਾਈ ਕਰ ਰਹੇ ਸੀ ਤਾਂ ਉੱਥੇ ਜਾਓਗੇ ਕਿ ਹਜੇ ਵੀ ਰਜਿਸਟਰ ਦਾ ਜਿਹੜਾ ਨਿਊ ਰਜਿਸਟ੍ਰੇਸ਼ਨ ਦਾ ਜਿਹੜਾ ਲਿੰਕ ਓਪਨ ਹੈ ਬਾਰੋਤ ویب سائٹ ਨਹੀਂ ਖੁੱਲ ਰਹੀ ਪਰ ਲਿੰਕ ਓਪਨ ਹੈਗਾ ਤਾਂ ਉੱਥੋਂ ਇਹ ਜਿਹੜੀ ਆਸ ਲਗਾਈ ਜਾ ਰਹੀ ਹੈ ਕਿ 8399 ਮੀ ਪੋਸਟ ਲਈ ਲਗਭਗ ਡੇਟ ਐਕਸਟੈਂਡ ਹੋਏਗੀ ਹਰ ਹਾਲ ਦੇ ਵਿੱਚ ਔਰ ਜਿਨ੍ਹਾਂ ਦਾ ਫਾਰਮ ਰਹਿਦਾ ਤਾਂ ਉਹ ਜ਼ਰੂਰ ਕਮੈਂਟ ਕਰਿਓ ਤਾਂ ਕਿ ਆਪਾਂ ਵੀ ਬਾਅਦ ਵਿੱਚ ਇੱਕ ਹੋਰ ਵੀਡੀਓ ਬਣਾਈਏ ਤਾਂ ਕਿ ਜਿਹੜਾ ਇਹ ਡੇਟ ਨੂੰ ਪੱਕਾ ਹੀ ਐਕਸਟੈਂਡ ਕੀਤਾ ਜਾ ਸਕੇ ਠੀਕ ਹੈ ਜੀ ਥੈਂਕ ਯੂ ਗੁੱਡ ਨਾਈਟ ਟੂ 올 ਸਟੂਡੈਂਟਸ